ਗਿੱਪੀ ਗਰੇਵਾਲ ਹਿਨਾਖਾਂ ਤੇ ਸ਼ਿੰ다 ਗਰੇਵਾਲ ਦੀ ਫਿਲਮ ਸ਼ਿੰਦਾ ਸ਼ਿੰਦਾ ਨੋ ਪਾਪਾ ਜਲਦੀ ਹੀ ਰਿਲੀਜ਼ ਹੋਣ ਵਾਲੀ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਕਿ 10 ਮਈ ਨੂੰ ਇਹ ਫਿਲਮ ਸਿਨੇਮਾ ਘਰਾਂ ਦੇ ਵਿੱਚ ਲੱਗ ਜਾਵੇਗੀ ਤੇ ਬਹੁਤ ਜ਼ਿਆਦਾ ਰੌਣਕਾਂ ਵੀ ਲਾਵੇਗੀ ਕਿਉਂਕਿ ਇਸ ਫਿਲਮ ਦੇ ਟੀਜ਼ਰ ਨੇ ਤੁਮਾ ਪਾਈਆਂ ਨੇ ਜਿੱਥੇ ਫੈਨਸ ਨੇ ਟੀਜ਼ਰ ਨੂੰ ਪਸੰਦ ਕੀਤਾ ਉੱਥੇ ਹੀ ਹੁਣ ਕਰ ਲੋ ਜੀ ਸਾਰੇ ਜਾਣੇ ਤਿਆਰੀਆਂ ਕਿਉਂਕਿ ਮੇਕਰਸ ਤੁਹਾਡੇ ਸਾਰਿਆਂ ਦੇ ਲਈ ਲੈ ਕੇ ਆ ਰਹੇ ਨੇ ਸ਼ਿੰਦਾ ਸ਼ਿੰਦਾ ਨੋ ਪਾਪਾ ਫਿਲਮ ਦਾ ਟਾਈਟਲ ਟਰੈਕ ਜੀ ਹਾਂ ਹਾਲੇ ਦੇ ਵਿੱਚ ਗਿੱਪੀ ਗਰੇਵਾਲ ਵੱਲੋਂ ਇੱਕ ਵਿডিও ਸ਼ੇਅਰ ਕੀਤੀ ਗਈ ਜੋ ਕਿ ਹੈ ਸਿੰਧਾ ਸਿੰਧਾ ਨੋ ਪਾਪਾ ਫਿਲਮ ਦੇ ਟਾਈਟਲ ਟਰੈਕ ਦੀ ਤੇ ਇਸ ਵੀਡੀਓ ਦੇ ਵਿੱਚੋਂ ਤੁਸੀਂ ਜਿਹੜਾ ਹੈਗਾ ਇਸ ਗੀਤ ਦੀ ਥੋੜੀ ਜੀ ਚਲਕ ਸੁਣ ਸਕਦੇ ਹੋ ਤੇ ਪੂਰੀ ਚਲਕ ਸੁਣਨ ਲਈ ਫਿਰ ਤੁਹਾਨੂੰ ਕੱਲ ਤੱਕ ਦਾ ਕਰਨਾ ਪਵੇਗਾ ਜੀ ਇੰਤਜ਼ਾਰ ਕਿਉਂਕਿ ਕੱਲ ਸਿੰਧਾ ਸਿੰਧਾ ਨੋ ਪਾਪਾ ਫਿਲਮ ਦਾ ਟਾਈਟਲ ਟਰੈਕ ਰਿਲੀਜ਼ ਕੀਤਾ ਜਾ ਰਿਹਾ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਇਸ ਫਿਲਮ ਦੇ ਵਿੱਚ ਜਿੱਥੇ ਤੁਹਾਨੂੰ ਗਿੱਪੀ ਗਰੇਵਾਲ ਤੇ ਸਿੰਧਾ ਗਰੇਵਾਲ ਆਮਣੇ ਸਾਹਮਣੇ ਨਜ਼ਰ ਆ ਰਹੇ ਨੇ ਪਿਓ ਪੁੱਤ ਦੀ ਜੋੜੀ ਪਹਿਲੀ ਵਾਰ ਪੰਜਾਬੀ ਸਟੂడియో ਦੇ ਵਿੱਚ ਇਕੱਠਿਆ ਨਜ਼ਰ ਆ ਰਹੀ ਹੈ ਉੱਥੇ ਹੀ ਇਸ ਗੀਤ ਦੇ ਵਿੱਚ ਤੁਹਾਨੂੰ ਸ਼ਿੰਦਾ ਗਰੇਵਾਲ ਦੀ ਆਵਾਜ਼ ਵੀ ਸੁਣਨ ਨੂੰ ਮਿਲੇਗੀ ਜੀ ਹਾਂ ਇਸ ਗੀਤ ਨੂੰ ਗਾਇਆ ਹੈ ਗਿੱਪੀ ਗਰੇਵਾਲ ਤੇ ਸ਼ਿੰਦਾ ਗਰੇਵਾਲ ਨੇ ਤੇ ਸ਼ਿੰਦਾ ਗਰੇਵਾਲ ਫਿਰ ਇਸ ਗੀਤ ਦੇ ਜ਼ਰੀਏ ਸਿੰਗਿੰਗ ਡੈਬਿਊ ਕਰਨ ਜਾ ਰਹੇ ਨੇ ਜੀ ਤੁਹਾਨੂੰ ਦੱਸ ਦਈਏ ਕਿ ਇਸ ਗੀਤ ਦੇ ਲਿਰਿਕਸ ਲਿਖੇ ਨੇ ਕੁਮਾਰ ਨੇ ਤੇ ਮਿਊਜ਼ਿਕ ਦਿੱਤਾ ਹੈ ਸ਼ਾਇਨ ਸ਼ਾਨੇ 12 ਇਸ ਗੀਤ ਨੂੰ 15 April ਯਾਨੀ ਕਿ ਕੱਲ ਨੂੰ ਰਿਲੀਜ਼ ਕੀਤਾ ਜਾ ਰਿਹਾ ਤੁਹਾਨੂੰ ਦੱਸ ਦਈਏ ਕਿ ਵਰਲਡ ਵਾਈਡ ਸਿਨੇਮਾ ਕਰਾਂ ਦੇ ਵਿੱਚ ਫਿਲਮ ਸ਼ਿੰਦਾ ਸ਼ਿੰਦਾ ਨੋ ਪਾਪਾ 10 ਮਹੀਨੋਂ ਰਿਲੀਜ਼ ਹੋਏਗੀ ਉੱਥੇ ਹੀ ਤੁਹਾਨੂੰ ਗਿੱਪੀ ਗਰਿਵਾਲ ਹੀਨਾਖਾਂ ਦਸ਼ਨਾਗਰਿਵਾਲ ਦੇ ਨਾਲ ਇਸ ਫਿਲਮ ਦੇ ਵਿੱਚ ਨਜ਼ਰ ਆਣਗੇ ਜਸਵਿੰਦਰ ਪੱਲਾ ਪ੍ਰਿੰਸ ਕੁਮਰਜੀਤ ਸਿੰਘ ਰਗਵੀਰ ਬੋਲੀ ਅਮਰਪ੍ਰੀਤ ਛਾਬੜਾ ਨਿਰਮਲ ॠषि ਹਰਦੀਪ ਗਿੱਲ ਸੀਮਾ ਕੌਸ਼ਲ ਜੋ ਕਿ ਆਪਣੀ ਕੈਂਟ ਅਦਾਕਾਰੀ ਦੇ ਨਾਲ ਤੁਹਾਡਾ ਸਭ ਦਾ ਦਿਲ ਜਿੱਤਣ ਵਾਲੇ ਨੇ ਤੇ ਤੁਹਾਨੂੰ ਦੱਸ ਦਈਏ ਕਿ ਇਸ ਫਿਲਮ ਦੇ ਵਿੱਚ ਤੁਸੀਂ ਮਾਸਟਰ ਸਲੀਮ ਤੇ ਮਨਜੀਤ ਸਹੋਤਾ ਦੀ ਕੈਂਟ ਆਵਾਜ਼ ਦਾ ਵੀ ਆਨੰਦ ਮਾਣੋਗੇ ਤੇ ਜੇਕਰ ਲਿਰਿਕਸ ਦੀ ਗੱਲ ਕਰੀਏ ਤੇ ਇਸ ਫਿਲਮ ਦੇ ਵਿੱਚ ਬਹੁਤ ਸਾਰੇ ਗੀਤ ਹੋਣ ਵਾਲੇ ਨੇ ਜਿਨ੍ਹਾਂ ਨੂੰ ਹਰਮਨ ਤੇ ਵੀਤ ਬਲਜੀਤ ਨੇ ਲਿਖਿਆ ਹੈ ਤੁਹਾਨੂੰ ਦੱਸ ਦਈਏ ਕਿ ਇਸ ਫਿਲਮ ਨੂੰ ਬਹੁਤ ਜਲਦ ਰਿਲੀਜ਼ ਕੀਤਾ ਜਾ ਰਿਹਾ ਹੈ ਵੈਲ ਟੀਜ਼ਰ ਨੇ ਹਰ ਪਾਸੇ ਧੂਮਾ ਪਾਈਆਂ ਨੇ ਜੀ ਹਾਂ ਪਹਿਲੀ ਚਲਕ ਟੀਜ਼ਰ ਦੇ ਰਾਹੀਂ ਇਸ ਫਿਲਮ ਦੀ ਸਾਡੇ ਸਾਰੀ ਦੇ ਸਾਹਮਣੇ ਆਈ ਔਰ ਟੀਜ਼ਰ ਨੂੰ ਸਭ ਨੇ ਬੇਹੌਜ਼ਾਦਾ ਪਸੰਦ ਕੀਤਾ ਜਿੱਥੇ ਗਿੱਪੀ ਗਰੇਵਾਲ ਤੇ ਸ਼ਿੰਦਾ ਗਰੇਵਾਲ ਨੂੰ ਸਭ ਪਰਦੇ ਦੇ ਉੱਪਰ ਇਕੱਠਿਆਂ ਦੇ ਕੇ ਬੇਹੌਜ਼ਾਦਾ ਐਕਸਾਈਟਡ ਨੇ ਉੱਥੇ ਹੀ ਸਭ ਤੋਂ ਜ਼ਿਆਦਾ ਐਕਸਾਈਟਮੈਂਟ ਹੈਗੀ ਹੈ ਹਿਨਾ ਖਾਨ ਨੂੰ ਵੀ ਪੰਜਾਬੀ ਇੰਡਸਟਰੀ ਦੇ ਵਿੱਚ ਪੰਜਾਬੀ ਫਿਲਮਾਂ ਦੇ ਵਿੱਚ ਦੇਖਣ ਦੀ ਵੈਲ ਜਿਨ੍ਹਾਂ ਨੇ ਹਜੇ ਤੱਕ ਟੀਜ਼ਰ ਨਹੀਂ ਦੇਖਿਆ ਹੋਇਆ ਫਟਾਫਟ ਜਾ ਕੇ ਦੇਖੋ ਟੀਜ਼ਰ ਦੇਖ ਕੇ ਤੁਹਾਡੀ ਵੀ ਰੂ ਹੋ ਜਾਵੇਗੀ ਖੁਸ਼ ਤੇ ਕੱਲ ਨੂੰ ਫਿਰ ਕਰ ਲੋ ਜੀ ਤਿਆਰੀਆਂ ਕੱਲ ਨੂੰ ਇਸ ਫਿਲਮ ਦਾ ਪਹਿਲਾ ਗੀਤ ਸ਼ਿੰਦਾ ਸ਼ਿੰਦਾ ਨੋਵਾ ਬਾਬ ਟਾਈਟਲ ਟਰੈਕ ਰਿਲੀਜ਼ ਹੋਣ ਜਾ ਰਿਹਾ ਹੈ ਤੇ ਉਮੀਦ ਹੈ ਤੁਹਾਨੂੰ ਉਹ ਇਹ ਵੀ ਪਸੰਦ ਆਵੇਗਾ ਤੇ ਜਲਦੀ ਹੀ ਮੁੜ ਕੇ ਹਾਜ਼ਰ ਹੋਵਾਂਗੇ ਇੱਕ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ Tata ਤੇ ਸਾਡਾ ਰੱਬ ਰਾਖਾ